ਸਾਰਾ ਹੈ ਇੱਕ ਖੇਲਾ ਵੇਖਿਆ ਜਗਦਾ ਮੇਲਾ ਜੀਵਨ ਸਾਰਾ ਖੇਲਾ ਦੁਨੀਆਦਾਰੀ ਛੱਡ ਕੇ ਹੁਣ ਤਾਂ ਦੁਨੀਆਦਾਰੀ ਛੱਡ ਕੇ ਹੁਣ ਤਾਂ ਖੁਸ਼ੀਆਂ ਦੇ ਵਿੱਚ ਝੂਮਕ ਗਾਈਏ ਉਹ ਮੇਰੇ ਦਾਦਾ ਦੇ ਦਰ ਜੋ ਕੋਈ ਆਉਂਦਾ ਏ ਭਰ ਕੇ ਖੁਸ਼ੀਆਂ ਦੀ ਉਹ ਝੋਲੀਆਂ ਲੈ ਜਾਂਦਾ ਏ ਮੇਰੇ ਦਾਦਾ ਦੇ ਦਰ ਜੋ ਕੋਈ ਆਉਂਦਾ ਏ ਭਰ ਕੇ ਖੁਸ਼ੀਆਂ ਦੀ ਉਹ ਝੋਲੀਆਂ ਲੈ ਜਾਂਦਾ ਏ ਖੁਸ਼ੀਆਂ ਕਿਹੜੇ ਸਾਡੇ ਵੇੜੇ ਖੁਸ਼ੀਆਂ ਕਿਹੜੇ ਸਾਡੇ ਵੇੜੇ ਖੁਸ਼ੀਆਂ ਕਿਹੜੇ ਸਾਡੇ ਸਤਿ ਸ਼੍ਰੀ ਅਕਾਲ ਓਮ ਸ਼ਾਂਤੀ ਖੁਸ਼ੀਆਂ ਖੇੜੇ ਸਾਡੇ ਵਿਹੜੇ 'ਚ ਮੈਂ ਸਤਨਾਮ ਕੌਰ ਤੁਹਾਡਾ ਸਾਰਿਆਂ ਦਾ ਫਿਰ ਇੱਕ ਵਾਰ ਸਵਾਗਤ ਕਰਦੀ ਹਾਂ ਦੋਸਤੋ ਜੀਵਨ ਜੀਣ ਦੀ ਜੋ ਕਲਾ ਹੈ ਉਹ ਅਸੀਂ ਸਿੱਖ ਰਹੇ ਹਾਂ ਇਸ ਪ੍ਰੋਗਰਾਮ ਦੇ ਮਾਧਿਅਮ ਨਾਲ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਜੋ ਨੇ ਉਹ ਸਮਝ ਆਉਣੀਆਂ ਸ਼ੁਰੂ ਹੋ ਗਈਆਂ ਨੇ ਕਿਉਂ ਸਾਡਾ ਆਪਣਾ ਬਦਲਣਾ ਜ਼ਰੂਰੀ ਹੋ ਗਿਆ ਹੈ ਇਹਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਜੋ ਅਸੀਂ ਪਿਛਲੀ ਕੜੀ 'ਚ ਗੱਲਬਾਤ ਕੀਤੀ ਸੀ ਕਿ ਕੋਈ ਵੀ ਇਹੋ ਜਿਹੀ ਚੁਣੌਤੀ ਜਾਂ ਕੋਈ ਵੀ ਇਹੋ ਜਿਹਾ ਬਰਡਨ ਪ੍ਰੈਸ਼ਰ ਜਦੋਂ ਅਸੀਂ ਸਾਨੂੰ ਇਹੀ ਲੱਗਦਾ ਕਿ ਕੋਈ ਸੋਲਿਊਸ਼ਨ ਨਹੀਂ ਮਿਲ ਰਿਹਾ ਹੈ ਦੋ ਮਿੰਟ ਲਈ ਆਪਣੇ ਆਪ ਨੂੰ ਸਾਇਲੈਂਟ 'ਚ ਰੱਖੋ ਅਤੇ ਆਪਣੇ ਆਪ ਨੂੰ ਪਰਮਾਤਮਾ ਨਾਲ ਕਨੈਕਟ ਕਰੋ ਇਹ ਸੋਲਿਊਸ਼ਨ ਸਾਨੂੰ ਲਾਸਟ ਕੜੀ 'ਚ ਮਿਲਿਆ ਲੇਕਿਨ ਇਹਦੇ ਨਾਲ ਹੋਰ ਵੀ ਸਵਾਲ ਕਨੈਕਟ ਹੁੰਦੇ ਨੇ ਕਿ ਕਿਵੇਂ ਅਸੀਂ ਉਸ ਸਾਇਲੈਂਸ ਦੀ ਪਾਵਰ ਜੋ ਹੈ ਉਹਨੂੰ ਵਧਾ ਸਕਦੇ ਹਾਂ ਆਪਣੇ ਆਪ ਨੂੰ ਪਰਮਾਤਮਾ ਨਾਲ ਕਨੈਕਟ ਕਰ ਸਕਦੇ ਹਾਂ ਉਹਦੇ ਤੋਂ ਹੈਲਪ ਲੈ ਸਕਦੇ ਹਾਂ ਇਸ ਕੜੀ ਨੂੰ ਅੱਗੇ ਵਧਾਉਂਦੇ ਹਾਂ ਔਰ ਕੋਸ਼ਿਸ਼ ਕਰਦੇ ਹਾਂ ਇਹਨੂੰ ਹੋਰ ਹੱਲ 'ਚ ਢੂੰਡਣ ਦੀ ਸਾਡੇ ਨਾਲ ਨੇ ਹਰ ਵਾਰ ਦੀ ਤਰ੍ਹਾਂ ਬ੍ਰਹਮ ਕੁਮਾਰ ਸਾਹਿਲ ਭਾਈ ਸਾਹਿਬ ਅਤੇ ਬ੍ਰਹਮ ਕੁਮਾਰ ਅਗਨੀਹੋਤਰੀ ਜੀ ਤੁਹਾਡਾ ਇੱਕ ਵਾਰ ਫਿਰ ਪ੍ਰੋਗਰਾਮ 'ਚ ਸਵਾਗਤ ਹੈ ਓਮ ਸ਼ਾਂਤੀ ਓਮ ਸ਼ਾਂਤੀ ਲਾਸਟ ਟਾਈਮ ਜੋ ਆਪਾਂ ਗੱਲ ਕੀਤੀ ਸੀ ਕਿ ਇੱਕ ਸਟੇਬਲ ਮਾਇੰਡ ਹੋਣਾ ਬਹੁਤ ਜ਼ਰੂਰੀ ਹੈ ਕੋਈ ਵੀ ਸਿਚੁਏਸ਼ਨ ਹੋਵੇ ਅਸੀਂ ਕੋਈ ਵੀ ਪ੍ਰੈਸ਼ਰ 'ਚ ਹਾਂ ਭਾਵੇਂ ਉਹ ਸਟੂਡੈਂਟਸ ਦਾ ਪ੍ਰੈਸ਼ਰ ਹੋਵੇ ਘਰ 'ਚ ਇੱਕ ਵਾਈਫ ਦਾ ਪ੍ਰੈਸ਼ਰ ਹੋਵੇ ਜਾਂ ਵਰਕ ਪਲੇਸ 'ਤੇ ਕਿਸੇ ਆਦਮੀ ਦਾ ਪ੍ਰੈਸ਼ਰ ਹੋਵੇ ਉਹ ਪ੍ਰੈਸ਼ਰ ਸਹਿਨ ਕਰਨਾ ਥੋੜ੍ਹਾ ਜਿਹਾ ਮਾਇੰਡ ਨੂੰ ਜੋ ਫਲਕਚੁਏਟ ਕਰ ਦਿੰਦਾ ਉਸ ਵੇਲੇ ਸਾਨੂੰ ਸਮਝ ਨਹੀਂ ਆਉਂਦਾ ਕਿ ਅਸੀਂ ਕਿਵੇਂ ਰਿਐਕਟ ਕਰਨਾ ਤਾਂ ਗੁੱਸੇ ਦਾ ਵੀ ਆਪਾਂ ਹੈਲਪ ਲੈ ਲੈਂਦੇ ਹਾਂ ਔਰ ਇਰੀਟੇਸ਼ਨ ਦੀ ਹੈਲਪ ਲੈ ਲੈਂਦੇ ਹਾਂ ਕੰਟਰੋਲ ਕਰਨ ਲੱਗ ਜਾਂਦੇ ਹਾਂ ਇਹਨਾਂ ਸਭ ਚੀਜ਼ਾਂ ਦੀ ਹੈਲਪ ਲੈਂਦੇ ਹਾਂ ਲੇਕਿਨ ਜਿੱਦਾਂ ਲਾਸਟ ਟਾਈਮ ਗੱਲ ਕੀਤੀ ਕਿ ਪਰਮਾਤਮਾ ਦੀ ਹੈਲਪ ਲੈਣਾ ਭੁੱਲ ਜਾਂਦੇ ਹਾਂ ਅਤੇ ਉਹ ਚੀਜ਼ ਨੈਚੁਰਲੀ ਸਾਡੇ ਅੰਦਰ ਕਿਵੇਂ ਡਿਵੈਲਪ ਹੋਏਗੀ ਉਹ ਅਸੀਂ ਜੇ ਪਰਮਾਤਮਾ ਦੇ ਨਾਲ ਆਪਣਾ ਕਨੈਕਸ਼ਨ ਜੋੜਾਂਗੇ ਪਹਿਲਾਂ ਤੇ ਪਰਮਾਤਮਾ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਜੀ ਉਹਦੇ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ ਪਰਮਾਤਮਾ ਜਦੋਂ ਆਪਾਂ ਕਹਿੰਦੇ ਹਾਂ ਬੀਇੰਗ ਟਰੁੱਥ ਤੁਸੀਂ ਆਪਣੇ ਆਪ ਨੂੰ ਸੱਚਾਈ 'ਚ ਲੈ ਕੇ ਆਓ ਤੁਸੀਂ ਬੀਇੰਗ ਦੈਨ ਉਸ ਤੋਂ ਬਾਅਦ ਲਿਵਿੰਗ ਟਰੁੱਥ ਤੁਸੀਂ ਉਹਦੇ 'ਚ ਰਹਿਣਾ ਸਿੱਖੋ ਐਂਡ ਦੈਨ ਰਿਅਲਾਈਜ਼ ਦੀ ਟਰੁੱਥ ਸੱਚਾਈ ਕੀ ਹੈ ਸੱਚਾਈ ਸਾਡੀ ਜਿਹੜੀ ਆਈ ਐਮ ਅ ਸੋਲ ਇਹ ਸਾਡੀ ਸੱਚਾਈ ਹੈ ਮੈਂ ਇੱਕ ਆਤਮਾ ਮੈਂ ਇੱਕ ਰੂਹ ਹਾਂ ਅਤੇ ਸਰੀਰ ਜਿਹੜਾ ਹੈਗਾ ਇਹ ਵਿਨਾਸ਼ੀ ਹੈ ਅਤੇ ਆਤਮਾ ਦਾ ਕਦੇ ਵਿਨਾਸ਼ ਨਹੀਂ ਹੁੰਦਾ ਅਤੇ ਜੇ ਮੈਂ ਆਪਣੇ ਉਸ ਚੀਜ਼ ਨੂੰ ਰਿਅਲਾਈਜ਼ ਕਰਾਂ ਕਿ ਪਰਮਾਤਮਾ ਦਾ ਪਰਮਾਤਮਾ ਵੀ ਫੋਰ ਐਵਰ ਉਹ ਵੀ ਇਨਕੋਰਪੋਰੀਅਲ ਹੈ ਅਤੇ ਪਰਮਾ ਉਹ ਅਵਿਨਾਸ਼ੀ ਅਤੇ ਉਹ ਟਰੁੱਥ ਵੀ ਹੈ ਅਤੇ ਉਹ ਇਸ ਜੇ ਅਸੀਂ ਸਾਡਾ ਕਨੈਕਸ਼ਨ ਅਸੀਂ ਇਸ ਸਮਝ ਜਾਵਾਂਗੇ ਪਰਮਾਤਮਾ ਦਾ ਪਰਮਾਤਮਾ ਨਾਲ ਕਨੈਕਸ਼ਨ ਅਸੀਂ ਜੋੜਨਾ ਸਿੱਖ ਲਾਂਗੇ ਅਤੇ ਸਾਡੇ ਲਈ ਕੋਈ ਵੀ ਸਿਚੁਏਸ਼ਨ ਸਾਨੂੰ ਬਹੁਤ ਆਸਾਨ ਲੱਗੇਗੀ ਉਹ ਸਾਨੂੰ ਟੈਨਸ਼ਨ ਫੀਲ ਹੀ ਨਹੀਂ ਹੋਏਗੀ ਇਹ ਟੈਨਸ਼ਨ ਫੀਲ ਨਹੀਂ ਹੋਏਗੀ ਉਹ ਲਾਈਟਨੈਸ ਜੋ ਅੰਦਰ ਲੈ ਕੇ ਆਉਣੀ ਹੈ ਬਿਕੋਜ਼ ਜਦੋਂ ਸਿਚੁਏਸ਼ਨ ਆਉਂਦੀ ਹੈ ਸਾਹਿਲ ਭਾਈ ਉਦੋਂ ਅੰਦਰ ਡਿਸਟਰਬੈਂਸ ਹੋ ਜਾਂਦਾ ਹੈ ਇੱਕ ਕਨਫਿਊਜ਼ਨ ਕ੍ਰੀਏਟ ਹੋ ਜਾਂਦਾ ਹੈ ਸਾਨੂੰ ਸਮਝ ਨਹੀਂ ਆਉਂਦੀ ਔਰ ਉਹ ਹੈਬਿਟ ਜੋ ਪਈ ਹੋਈ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਨੈਚੁਰਲ ਹੋ ਗਿਆ ਹੁਣ ਸਾਡਾ ਨੇਚਰ ਉਵੇਂ ਰਿਐਕਟ ਕਰਨ ਦਾ ਉਹ ਬਿਨਾਂ ਟੈਨਸ਼ਨ ਵਾਲੀ ਸਿਚੁਏਸ਼ਨ ਕਿਵੇਂ ਲੈ ਕੇ ਆਈ ਇੱਕ ਸਾਡਾ ਗੀਤ ਹੈਗਾ ਜੋ ਸਭ ਬੜੇ ਸ਼ੌਕ ਨਾਲ ਸੁਣਦੇ ਹੈ ਉਹਦੀ ਇੱਕ ਲਾਈਨ ਹੈ ਕਿ ਇਹ ਮੈਂਪਨ ਮੇਰਾਪਨ ਇਹ ਕੱਖਪਨ ਇਹ ਜੀਵਨ ਇਹ ਸੰਕਲਪ ਹਰ ਬੋਲ ਤੁਝ ਪੇ ਹੈ ਅਰਪਨ ਹਾਂਜੀ ਸੋ ਇਹ ਜਿਹੜਾ ਮੈਂਪਨ ਹੈ ਮੇਰਾਪਨ ਹੈ ਇਹ ਕੁਛ ਨਹੀਂ ਹੈ ਐਕਚੁਲੀ ਤੇ ਇਹਦੇ ਕਰਕੇ ਸਾਰੀਆਂ ਸਾਡੇ ਲਾਈਫ ਵਿੱਚ ਟੈਨਸ਼ਨ ਆਈਆਂ ਹੋਈਆਂ ਬਹੁਤ ਜ਼ਿਆਦਾ ਫੋਕਸ ਆਪਣੇ ਉੱਪਰ ਐਂਡ ਇੱਕ ਸਮਰਪਣ ਭਾਵ ਨਾਲ ਜੀਵਨ ਨਾ ਜੀ ਪਾਉਣਾ ਸਾਡੇ ਸੰਸਥਾ ਦੀ ਜਿਹੜੇ ਹੈਡ ਹੈ ਦਾਦੀ ਜਾਨਕੀ 102 ਈਅਰਸ ਇਸ ਵੇਲੇ ਅਬਾਊਟ 9-10,000 ਸ਼ਾਇਦ ਸੈਂਟਰਸ ਚੱਲ ਰਹੇ ਆ ਵਰਲਡ ਓਵਰ ਅਤੇ ਹਾਲੇ ਵੀ ਟਰੈਵਲ ਕਰਦੇ ਆ ਆਪਣੇ ਲੈਕਚਰ ਦਿੰਦੇ ਆ ਮੈਂਟਲੀ ਅਲਰਟ ਹੈਗੇ ਸੋ ਲੋਕ ਪੁੱਛਦੇ ਕਿ ਤੁਸੀਂ ਇੰਨੀ ਉਮਰ 'ਤੇ ਇੰਝ ਕਿੰਝ ਜੀ ਰਹੇ ਹੋ ਕਿੰਝ ਇੰਨਾ ਕੁਛ ਕਰ ਰਹੇ ਹੋ ਤੋ
ਉਹਨਾਂ ਦਾ ਇੱਕ ਜਵਾਬ ਹੁੰਦਾ ਹੈ ਕਿ ਮੈਂ ਆਪਣੇ ਆਪ ਕੋ ਲਾਈਟ ਰੱਖਤੀ ਹੂੰ ਜੀ ਔਰ ਪਰਮਾਤਮਾ ਕੀ ਮਾਈਟ ਮੁਝੇ ਚਲਾ ਰਹੀ ਹੈ। ਅੱਛਾ, ਸੋ ਸਾਡਾ ਕੰਮ ਹੈ ਆਪਣੇ ਆਪ ਨੂੰ ਪਹਿਲੇ ਲਾਈਟ ਕਿੰਜ ਕਰਨਾ ਤੇ ਮਾਈਟ ਸਾਨੂੰ ਫਿਰ ਆਟੋਮੈਟਿਕਲੀ ਮਿਲਣੀ ਸ਼ੁਰੂ ਹੋ ਜਾਏਗੀ। ਤੇ ਇਹ ਜੋ ਲਾਈਟ ਕਰਨਾ ਹੈ ਜਿੱਦਾਂ ਕਿ ਭਾਈ ਸਾਹਿਬ ਨੇ ਕਿਹਾ, ਤੇ ਇਹ ਲਾਈਟ ਮੈਂ ਆਪਣੇ ਆਪ ਨੂੰ ਕਿਵੇਂ ਰੱਖ ਸਕਦੀ ਹਾਂ? ਜਿੰਜ ਅਸੀਂ ਮੈਂਪਨ ਮੇਰੇਪਨ ਦੀ ਗੱਲ ਕੀਤੀ, ਇੱਕ ਛੋਟਾ ਉਦਾਹਰਨ ਹੈ। ਇੱਕ ਰਾਜਾ ਸੀਗਾ, ਉਹਨੂੰ ਆਪਣੀ ਜਿਹੜੀ ਉਹ ਇੰਪਾਇਰ ਸੰਭਾਲ ਰਿਹਾ ਸੀਗਾ, ਉਹਨੂੰ ਲੱਗਿਆ ਕਿ ਨਹੀਂ ਹੁਣ ਮੈਨੂੰ ਬੜੀ ਟੈਨਸ਼ਨ ਹੈ ਕਿਉਂਕਿ ਡਿਫੈਂਸ ਵੀ ਸਾਰੀ ਦੇਖਣੀ ਹੈ, ਲੋਕ ਆਕਰਮਣ ਵੀ ਕਰਦੇ ਹੈ, ਫਾਈਨੈਂਸ਼ੀਅਲੀ ਵੀ ਰਾਜ ਚੰਗਾ ਚੱਲਣਾ ਚਾਹੀਦਾ ਹੈ, ਡਿਸਿਪਲਿਨ ਵੀ ਹੋਣਾ ਚਾਹੀਦਾ ਰਾਜ ਵਿੱਚ। ਉਹ ਟੈਨਸ਼ਨ 'ਚ ਆ ਗਿਆ, ਹਲਕਾ ਨਹੀਂ ਸੀ, ਉਹਨੂੰ ਨੀਂਦ ਵੀ ਨਾ ਆਏ, ਉਹਦਾ ਖਾਣ ਪੀਣ ਵੀ ਡਿਸਟਰਬ ਹੋ ਗਿਆ। ਅਤੇ ਉਹਨੇ ਆਪਣੇ ਜੋ ਇੱਕ ਗੁਰੂ ਸੀਗੇ ਉਹਨਾਂ ਨੂੰ ਪੁੱਛਿਆ ਜੀ ਕਿ ਮੈਂ ਕੀ ਕਰਾਂ, ਮੈਂ ਤਾਂ ਹੁਣ ਮੇਰਾ ਸਭ ਕੁਝ ਖਰਾਬ ਹੋ ਗਿਆ, ਹੁਣ ਮੈਂ ਕਿੰਝ ਹੀ ਹਾਂ। ਸੋ ਗੁਰੂ ਨੇ ਕਿਹਾ ਕੋਈ ਗੱਲ ਨਹੀਂ, ਤੇਰੇ ਕੋਲ ਨਹੀਂ ਚੱਲਦਾ ਨਾ ਤੇ ਤੂੰ ਆਪਣੇ ਬੱਚੇ ਨੂੰ ਰਾਜਾ ਦੇ ਦੇ ਤਾਂ ਤੂੰ ਚੱਲੇਗਾ, ਤੇ ਜੋ ਮਰਜ਼ੀ ਤੂੰ ਕਰਨਾ ਕਰ। ਤੇ ਰਾਜਾ ਨੇ ਕਿਹਾ ਮਗਰ ਮੇਰਾ ਬੱਚਾ ਤਾਂ ਬਹੁਤ ਛੋਟਾ ਹੈ, ਮੈਂ ਉਹਨੂੰ ਕਿੰਝ ਦੇ ਦਾਂ ਹਾਲੇ ਜੀ। ਸੋ ਗੁਰੂ ਨੇ ਕਿਹਾ ਕੋਈ ਗੱਲ ਨਹੀਂ, ਤੂੰ ਉਹਨੂੰ ਨਾ ਦੇ, ਤੂੰ ਮੈਨੂੰ ਦੇ ਦੇ ਤੇ ਤੂੰ ਜਾ। ਸੋ ਰਾਜਾ ਕਹਿੰਦਾ ਠੀਕ ਹੈ ਜੀ, ਸਭ ਕੁਛ ਤੁਹਾਡਾ ਤੇ ਮੈਂ ਜਾ ਰਿਹਾ। ਤੇ ਗੁਰੂ ਨੇ ਪੁੱਛਿਆ ਹੁਣ ਤੂੰ ਕਰੇਗਾ ਕੀ? ਸੋ ਰਾਜਾ ਨੇ ਕਿਹਾ ਠੀਕ ਹੈ, ਮੈਂ ਫਿਰ ਹੁਣ ਥੋੜ੍ਹਾ ਕੁਛ ਪੈਸਾ ਲੈ ਜਾਂਦਾ ਤੇ ਜਾ ਕੇ ਆਪਣਾ ਨਵਾਂ ਕੋਈ ਛੋਟਾ ਮੋਟਾ ਬਿਜ਼ਨਸ ਕਾਰੋਬਾਰ ਸ਼ੁਰੂ ਕਰ ਲਵਾਂਗਾ ਤੇ ਜੀਵਨ ਚਲਾਵਾਂਗਾ। ਤੇ ਗੁਰੂ ਨੇ ਕਿਹਾ ਮਗਰ ਇੱਥੇ ਦਾ ਜੋ ਤੂੰ ਲੈ ਕੇ ਜਾਏਗਾ ਉਹ ਤੇ ਸਾਰਾ ਹੁਣ ਮੇਰਾ ਹੈ, ਤੇਰਾ ਤੇ ਹੁਣ ਕੁਛ ਵੀ ਨਹੀਂ ਹੈ, ਤੂੰ ਕਿਉਂ ਲੈ ਕੇ ਜਾਏਗਾ? ਤੇ ਰਾਜਾ ਨੇ ਕਿਹਾ ਜੀ ਮੈਂ ਸ਼ਮਾ ਮੰਗਦਾ, ਮੈਂ ਗਲਤੀ ਹੋ ਗਈ, ਹੁਣ ਨਹੀਂ ਲੈ ਕੇ ਜਾਵਾਂਗਾ। ਤੇ ਕਿਹਾ ਤੇ ਗੁਰੂ ਨੇ ਪੁੱਛਿਆ ਫਿਰ ਤੂੰ ਕੀ ਕਰੇਗਾ? ਸੋ ਰਾਜਾ ਨੇ ਕਿਹਾ ਠੀਕ ਹੈ ਜੀ ਮੈਂ ਕੋਈ ਨੌਕਰੀ ਕਰ ਲਵਾਂਗਾ ਜਾ ਕੇ। ਸੋ ਗੁਰੂ ਨੇ ਕਿਹਾ ਠੀਕ ਹੈ, ਜੇ ਤੂੰ ਨੌਕਰੀ ਕਰਨੀ ਹੈ ਤੂੰ ਪਹਿਲੇ ਮੇਰੀ ਓ ਨੌਕਰੀ ਕਰ ਲੈ, ਇੱਥੇ ਨੌਕਰੀ ਕਰ ਲੈ ਮੇਰੀ। ਰਾਜਾ ਨੇ ਕਿਹਾ ਠੀਕ ਹੈ। ਸੋ ਗੁਰੂ ਨੇ ਰਾਜਾ ਨੂੰ ਕੰਮ ਦੇ ਦਿੱਤਾ ਸੰਭਾਲਣ ਦਾ, ਐਂਡ ਰਾਜਾ ਉਹੀ ਕੰਮ ਕਰਨ ਲੱਗ ਪਿਆ ਆਪਣੇ ਉਹ ਪੂਰੇ ਰਾਜ ਨੂੰ ਸੰਭਾਲਣ ਦਾ। ਤੇ ਬੜੀ ਖੁਸ਼ੀ ਨਾਲ ਹੁਣ ਉਹਨੂੰ ਨੀਂਦ ਵੀ ਠੀਕ ਆਉਂਦੀ ਸੀ, ਖਾਣਾ ਪੀਣਾ ਵੀ ਠੀਕ ਆਉਂਦਾ ਸੀਗਾ, ਹਲਕਾ ਵੀ ਸੀਗਾ, ਕੋਈ ਟੈਨਸ਼ਨ ਵੀ ਨਹੀਂ ਸੀਗੀ। ਸਿਰਫ ਇੰਨੀ ਜਿਹੀ ਗੱਲ ਨਾਲ, ਕਿਉਂਕਿ ਬਰਡਨ ਸਾਡੇ ਮਾਈਂਡ 'ਤੇ ਆਉਂਦਾ ਹੈ ਜਦ ਅਸੀਂ ਸੋਚਦੇ ਹਾਂ ਮੇਰਾ ਹੈ ਇਹ ਸਭ ਕੁਛ, ਮੈਂ ਮਤਲਬ ਮੇਰੇ ਕਰਕੇ ਹੀ ਸਾਰਾ ਕੁਛ ਚੱਲ ਰਿਹਾ ਔਰ ਇਹ ਕਿਵੇਂ ਹੋਏਗਾ। ਹਾਂ, ਜਦ ਅਸੀਂ ਇਹ ਮੇਰੇਪਨ ਨੂੰ ਛੱਡਦੇ ਹਾਂ ਤਾਂ ਆਟੋਮੈਟਿਕਲੀ ਸਭ ਹਲਕਾ ਹੋ ਜਾਂਦਾ ਹੈ, ਐਂਡ ਇਹ ਰਿਐਲਿਟੀ ਹੈ ਕਿ ਸਾਰਾ ਕੁਛ ਟੈਂਪਰਰੀ ਹੈ। ਮਤਲਬ ਜੋ ਮੈਂ ਅਟੈਚ ਹੋ ਗਿਆ ਮੇਰੀ ਚੀਜ਼ਾਂ ਨਾਲ ਉਹਦੀ ਤੁਸੀਂ ਗੱਲ ਕਰ ਰਹੇ ਹੋ। ਮੇਰੇਪਨ ਛੱਡਣ ਦਾ ਮਤਲਬ ਹੈ ਕਿ ਸਾਰਾ ਕੁਛ, ਮੇਰਾ ਸਰੀਰ, ਰਿਲੇਟਿਵਸ, ਬਿਜ਼ਨਸ, ਇੱਕ ਇੱਕ ਕਰਕੇ ਮੈਂ ਆਪਣੇ ਮਾਈਂਡ ਵਿੱਚ ਆਪਣੇ ਆਪ ਨੂੰ ਸੰਕਲਪ ਦੇਣਾ ਹੈ ਕਿ ਇਹ ਜਿਹੜਾ ਮੇਰਾ ਕੰਮ ਹੈ ਇਹ ਮੇਰਾ ਨਹੀਂ ਹੈ, ਮੈਨੂੰ ਉੱਪਰ ਵਾਲੇ ਨੇ ਦਿੱਤਾ ਹੈ, ਇਹਨੂੰ ਮੈਂ ਚਲਾਉਣਾ ਹੈ ਅਤੇ ਮੇਰੇ ਹੱਥ 'ਚ ਜਿੰਨੀ ਦੇਰ ਹੈ ਉਨੀ ਦੇਰ ਚਲਾਉਣਾ ਹੈ। ਮੇਰੇ ਰਿਲੇਟਿਵਸ, ਕਲੋਜ਼ਡ ਵਨਸ, ਇਹ ਥੋੜ੍ਹੀ ਦੇਰ ਵਾਸਤੇ ਹੈਗੇ ਹੈ। ਮੇਰਾ ਸਰੀਰ ਦਿੱਤਾ ਗਿਆ ਪਰਮਾਤਮਾ ਨੇ ਸੇਵਾ ਵਾਸਤੇ, ਥੋੜ੍ਹੇ ਟਾਈਮ ਵਾਸਤੇ, ਜਿੰਨੀ ਦੇਰ ਕਰਨਾ ਮੈਨੂੰ ਯੂਜ਼ ਕਰਨਾ। ਸੋ ਇੱਕ ਟ੍ਰੇਨਿੰਗ ਹੈ, ਮਾਈਂਡ ਦੀ ਟ੍ਰੇਨਿੰਗ ਹੈ ਆਪਣੇ ਆਪ ਨੂੰ, ਐਂਡ ਰਿਐਲਿਟੀ ਵੀ ਹੈ ਕਿ ਅਸੀਂ ਟੈਂਪਰਰੀ ਇੱਥੇ ਆਏ ਹਾਂ, ਜਿੰਨੀ ਦੇਰ ਹੈਗੇ ਹਾਂ ਵਰਤੀਏ, ਜਿੱਥੇ ਅਸੀਂ ਮੇਰਾ ਮੇਰਾ ਕਰੀ ਗਏ ਉੱਥੇ ਸਾਨੂੰ ਟੈਨਸ਼ਨ ਹੋਈ ਜਾਣੀ, ਦਬਾਅ ਹੋਈ ਜਾਣਾ, ਤੇ ਅਸੀਂ ਪਰਮਾਤਮਾ ਦੀ ਮਦਦ ਫਿਰ ਨਹੀਂ ਲੈ ਸਕਦੇ। ਜਦੋਂ ਸਾਡੇ ਅੰਦਰ ਇਹ ਮੈਂ ਤੇ ਮੇਰਾ ਪਨੰਦਾ, ਸਾਡੇ 'ਚ ਬਹੁਤ ਸਾਰੇ ਵਿਕਾਰ ਆ ਜਾਂਦੇ ਆ, ਅਹੰਕਾਰ ਆ ਜਾਂਦਾ ਜੀ, ਬਹੁਤ ਸਾਰੀ ਆਪਣੇ ਆਪ 'ਚ ਡਿਪਰੈਸ਼ਨ ਵੀ ਆ ਜਾਂਦਾ ਕਿ ਉਹਦੇ ਕੋਲ ਇਹ ਹੈ ਮੇਰੇ ਕੋਲ ਨਹੀਂ ਹੈ, ਉਹ ਬਹੁਤ ਲੰਬਾ ਤੇ ਮੈਂ ਬਹੁਤ ਛੋਟੇ ਕਰਦਾ, ਉਹ ਬਹੁਤ ਗੋਰਾ ਤੇ ਮੈਂ ਬਹੁਤ ਕਾਲਾ। ਸੋ ਕੰਪੈਰੀਜ਼ਨ ਕਰਨਾ ਸ਼ੁਰੂ ਕਰ ਦਿੰਦਾ ਮੈਂ, ਔਰ ਮੇਰੇਪਨ ਦੇ ਵਿੱਚ ਐਸਾ ਫਸ ਜਾਂਦਾ ਕਿ ਉਹਨੂੰ ਬਹੁਤ ਸਾਰੀਆਂ ਬਿਮਾਰੀਆਂ ਵੀ ਲੱਗ ਜਾਂਦੀਆਂ, ਉਹ ਟੈਨਸ਼ਨ ਦੇ ਵਿੱਚ ਆ ਜਾਂਦਾ, ਉਹ ਹਲਕਾ ਨਹੀਂ ਰਹਿ ਸਕਦਾ। ਤੇ ਜੇ ਉਹ ਇਹ ਸੋਚੇ ਕਿ ਮੈਂ ਇੱਕ ਆਤਮਾ ਉਸ ਪਰਮਾਤਮਾ ਦਾ ਬੱਚਾ ਤੇ ਉਹ ਮੇਰੇ ਨਾਲ ਹੈ ਹਰ ਵੇਲੇ, ਪਰ ਇਹ ਸੋਚਣਾ ਔਰ ਕਰਨਾ ਔਰ ਉਹਨੂੰ ਫੀਲ ਕਰਨਾ ਇੰਨਾ ਸੌਖਾ ਨਹੀਂ ਹੈ। ਅੱਜ ਤੁਸੀਂ ਬੋਲ ਰਹੇ ਹੋ ਕਿਉਂਕਿ ਤੁਸੀਂ ਐਕਸਪੀਰੀਅੰਸ ਕੀਤਾ, ਬਟ ਸਾਡੇ ਇਹੋ ਜਿਹੇ ਬਹੁਤ ਸਾਰੇ ਦਰਸ਼ਕ ਨੇ ਜਿਨ੍ਹਾਂ ਨੇ ਇਹ ਚੀਜ਼ ਐਕਸਪੀਰੀਅੰਸ ਨਹੀਂ ਕੀਤੀ ਹੋਈ ਹੈ। ਅੱਜ ਸਮਝ ਹੈ ਮੈਨੂੰ ਕਿ ਹਾਂ ਮੈਂ ਆਤਮਾ, ਲੇਕਿਨ ਮੈਂ ਉਹ ਚੀਜ਼ ਫੀਲ ਨਹੀਂ ਕੀਤੀ ਅੰਦਰ। ਅੱਜ ਮੈਂ ਪਰਮਾਤਮਾ ਨੂੰ ਕੋਈ ਹੋਰ ਨਜ਼ਰ ਨਾਲ ਦੇਖ ਰਹੀ ਹਾਂ, ਮੈਂ ਜੋ ਕੰਮ ਕਰ ਰਹੀ ਹਾਂ ਮੈਂ ਮੇਰਾ ਸਮਝ ਕੇ ਕੰਮ ਕਰ ਰਹੀ ਹਾਂ, ਇਹ ਮੇਰਾ ਕੰਮ ਹੈ, ਮੇਰਾ ਘਰ ਹੈ, ਮੇਰਾ ਸਰੀਰ ਹੈ, ਅਤੇ ਇਹਦੇ ਨਾਲ ਅੱਜ ਇੰਨਾ ਅਟੈਚਮੈਂਟ ਹੋ ਚੁੱਕੀ ਹੈ ਕਿ ਇਸ ਤੋਂ ਬਾਹਰ ਨਿਕਲਣਾ ਕੋਈ ਇੱਕ ਦਿਨ ਦਾ ਕੰਮ ਨਹੀਂ ਹੈ। ਇਹ ਜੋ ਮੇਰਾ ਥੋਟ ਪ੍ਰੋਸੈਸ ਹੈ ਇਹਨੂੰ ਮੈਂ ਕਿਵੇਂ ਡਰਾਸਟਿਕਲੀ ਚੇਂਜ ਕਰਾਂ? ਜਿਸ ਤਰ੍ਹਾਂ ਤੁਸੀਂ ਕਿਹਾ, ਬੜੇ ਸਾਰੇ ਦਰਸ਼ਕਾਂ ਨੇ ਇਹ ਚੀਜ਼ ਕਦੇ ਦੇਖੀ ਨਹੀਂ, ਕਦੇ ਐਕਸਪੀਰੀਅੰਸ ਹੀ ਨਹੀਂ ਕੀਤੀ ਹੋਈ।
ਮਗਰ ਜਦ ਅਸੀਂ ਇਹੋ ਜਿਹੇ ਇਨਵਾਇਰਨਮੈਂਟ ਵਿੱਚ ਆਪਣੇ ਆਪ ਨੂੰ ਐਕਸਪੋਜ਼ ਕਰਦੇ ਹਾਂ, ਜਿਸ ਤਰ੍ਹਾਂ ਕਿ ਇੱਕ ਟਾਈਮ 'ਤੇ ਅਸੀਂ ਵੀ ਨਹੀਂ ਦੇਖੀ ਹੋਏਗੀ, ਬਟ ਅਸੀਂ ਆਪਣੇ ਅੱਗੇ ਹੁਣ ਹੰਡਰਡ ਥਾਊਜ਼ੰਡ ਰੋਲ ਮਾਡਲ ਦੇਖੇ ਹੈ ਜੋ ਕਿ ਇਹ ਮੇਰੇਪਨ ਦੇ ਬਿਨਾਂ ਜੀ ਰਹੇ ਐਂਡ ਆਪਣੇ ਵਿੱਚ ਇਹ ਹਲਕੀ ਸਟੇਜ ਨਾਲ ਜੀ ਰਹੇ। ਪਿਛਲੀ ਵਾਰ ਅਸੀਂ ਗੱਲ ਕੀਤੀ ਕਿ ਪਰਮਾਤਮਾ ਦੀ ਮਦਦ ਅਸੀਂ ਕਿੰਝ ਲੈਂਦੇ ਹਾਂ, ਸੋ ਮੈਂ ਹੁਣੇ ਕਿਸੇ ਨੂੰ ਪੁੱਛਿਆ ਕਿ ਕਿਉਂਕਿ ਅਸੀਂ ਇਸ ਸਵ ਪਰਿਵਰਤਨ ਦੀ ਗੱਲ ਕਰ ਰਹੇ ਹਾਂ, ਮੈਂ ਪੁੱਛਿਆ ਜੀ ਅਤੇ ਉਹ 35 ਸਾਲ ਤੋਂ ਯੋਗਾ ਕਰ ਰਹੇ ਹੈ, 35 ਸਾਲ ਤੋਂ ਮੈਡੀਟੇਸ਼ਨ ਕਰ ਰਹੇ ਹੈ। ਮੈਂ ਕਿਹਾ ਜੀ ਤੁਹਾਡੇ ਵਿੱਚ ਇਹ ਸਵ ਪਰਿਵਰਤਨ ਆਉਣ ਦਾ ਸਭ ਤੋਂ ਮੁੱਖ ਕਾਰਨ ਕੀ ਹੈ, ਸਭ ਤੋਂ ਬੈਸਟ ਟੈਕਨੀਕ ਕੀ ਤੁਸੀਂ ਯੂਜ਼ ਕੀਤੀ ਹੈ? ਕਹਿੰਦੇ ਆ ਕਿ ਮੈਨੂੰ ਪਰਮਾਤਮਾ ਦੀ ਮਦਦ ਮਿਲ ਜਾਂਦੀ ਹੈ। ਅੱਛਾ। ਬਹੁਤ ਸਾਰੀ ਡਿਫੀਕਲਟੀਜ਼ ਮੇਰੀ ਲਾਈਫ ਵਿੱਚ ਆਈਆਂ, ਮਗਰ ਮੈਨੂੰ ਪਰਮਾਤਮਾ ਦੀ ਮਦਦ ਮਿਲਦੀ ਹੈ, ਹਰ ਵਾਰੀ ਕੁਛ ਹੁੰਦਾ ਅਤੇ ਫਿਰ ਮੈਂ ਅੱਗੇ ਲੰਘ ਜਾਂਦਾ ਇਸ ਟਰੈਕ 'ਤੇ। ਸੋ ਜਦ ਅਸੀਂ ਆਪਣੇ ਆਪ ਨੂੰ ਇਹੋ ਜਿਹੇ ਮਾਹੌਲ ਵਿੱਚ ਐਕਸਪੋਜ਼ ਕਰਦੇ ਹਾਂ ਜਿੱਥੇ ਇਹ ਗੱਲਾਂ ਸਹਿਜ ਆਸਾਨੀ ਨਾਲ ਹੋ ਰਹੀਆਂ ਹੁੰਦੀਆਂ, ਫਿਰ ਸਾਨੂੰ ਵੀ ਆਸਾਨ ਲੱਗਦੀਆਂ। ਪਰ ਜੇ ਅਸੀਂ ਸਿਰਫ ਆਪਣੇ ਆਪ ਨੂੰ ਬਾਹਰੀ ਦੁਨੀਆਂ ਵਿੱਚ ਰੱਖੀਏ, ਪੂਰਾ ਦਿਨ ਉਸੇ ਵਿੱਚ ਫਸੇ ਰਹੀਏ, ਤਾਂ ਸਾਨੂੰ ਲੱਗੇਗਾ ਇਹ ਤਾਂ ਬੜੀ ਔਖੀ ਗੱਲ ਹੈ, ਕਿਉਂਕਿ ਉਹੋ ਜਿਹਾ ਕੋਈ ਸਾਨੂੰ ਨਜ਼ਰ ਹੀ ਨਹੀਂ ਆਏਗਾ ਬਾਹਰ। ਪਰ ਇੱਕ ਚੀਜ਼ ਹੋਰ ਇਹਦੇ ਉੱਪਰ ਆਉਂਦੀ ਹੈ ਕਿ ਜਦੋਂ ਮੈਂ ਇਹ ਸੋਚਣ ਲੱਗ ਗਈ ਕਿ ਹਾਂ ਇਹ ਮੇਰਾ ਕੰਮ ਨਹੀਂ ਹੈ ਜਾਂ ਮੈਂ ਥੋੜ੍ਹਾ ਜਿਹਾ ਲਾਈਟ ਹੋ ਕੇ ਇਹ ਚੀਜ਼ ਕਰਾਂ, ਅਤੇ ਜੋ ਮੇਰੀ ਰਿਸਪੋਂਸੀਬਿਲਿਟੀ ਹੈ ਉਹ ਕੰਮ ਦੇ ਪ੍ਰਤੀ ਜਾਂ ਉਹ ਰਿਸ਼ਤੇ ਦੇ ਪ੍ਰਤੀ, ਫਿਰ ਮੈਂ ਉਹ ਰਿਸਪੋਂਸੀਬਿਲਿਟੀ ਤੋਂ ਥੋੜ੍ਹਾ ਜਿਹਾ ਨਹੀਂ ਹਟ ਜਾਵਾਂਗਾ? ਨਹੀਂ ਨਹੀਂ, ਬਿਲਕੁਲ ਰਿਸਪੋਂਸੀਬਿਲਿਟੀ ਤੋਂ ਰਾਦਰ ਤੁਸੀਂ ਉਹਨੂੰ ਬੈਸਟ ਰੋਲ ਤੁਸੀਂ ਪਲੇ ਕਰ ਸਕਦੇ ਹੋ। ਜਦੋਂ ਤੁਸੀਂ ਇਹ ਫੀਲ ਕਰਦੇ ਹੋ ਤੁਸੀਂ ਰਿਲੇਸ਼ਨ, ਜਦੋਂ ਤੁਸੀਂ ਇਹ ਫੀਲ ਕਰ ਲਿਆ ਕਿ ਨਹੀਂ ਇਹ ਮੇਰਾ ਕੰਮ ਨਹੀਂ ਹੈ, ਮੈਂ ਤਾਂ ਹੁਣ ਇਹਨੂੰ ਪ੍ਰੋਫਿਟ 'ਚ ਚਲਾਵਾਂ, ਲੋਸ 'ਚ ਚਲਾਵਾਂ ਜਾਂ ਕਿਵੇਂ ਵੀ ਕਰਾਂ, ਅਤੇ ਉਹ ਦਿਮਾਗ 'ਤੇ ਬਰਡਨ ਨਹੀਂ ਹੈ ਨਾ, ਬਿਲਕੁਲ ਰਿਸਪੋਂਸੀਬਿਲਿਟੀ ਵਾਲੀ ਚੀਜ਼ ਖਤਮ ਹੋ ਜਾਂਦੀ ਹੈ ਫਿਰ ਕਿ ਚਲੋ ਹੁਣ ਕਰਾਂ ਤਾਂ ਵੀ ਠੀਕ ਹੈ, ਨਹੀਂ ਕਰਾਂ ਤਾਂ ਵੀ ਠੀਕ ਹੈ। ਇਹਦੇ ਵਿੱਚ ਨਹੀਂ, ਇਹਦੇ ਵਿੱਚ ਬੈਲੈਂਸ ਰੱਖਣਾ ਬਹੁਤ ਜ਼ਰੂਰੀ ਹੈ। ਲਾ ਐਂਡ ਲਵ ਦੋਨਾਂ ਦਾ ਬੈਲੈਂਸ ਬਹੁਤ ਜ਼ਰੂਰੀ ਹੈ, ਕਿਸੇ ਵੀ ਚੀਜ਼ ਨੂੰ ਛੱਡ ਨਹੀਂ ਸਕਦੇ। ਅਸੀਂ ਬੁਰਾਈਆਂ ਨੂੰ ਛੱਡਿਆ, ਅਸੀਂ ਘਰ ਪਰਿਵਾਰ ਤੇ ਨਹੀਂ ਛੱਡਿਆ, ਘਰ ਪਰਿਵਾਰ ਚ ਰਹਿ ਰਹੇ ਹਾਂ, ਰਾਦਰ ਹੁਣ ਉਹ ਐਪਰੀਸ਼ੀਏਟ ਕਰਦੇ ਨੇ ਕਿ ਤੁਹਾਡਾ ਰੋਲ ਕਿੰਨਾ ਬੈਟਰ ਹੋ ਗਿਆ, ਹੁਣ ਤੁਸੀਂ ਕਿੰਨਾ ਪਹਿਲਾਂ ਨਾਲੋਂ ਸਾਡੇ ਜਿਹੜੇ ਰਿਲੇਸ਼ਨ ਹੈ ਉਹ ਇੰਨੇ ਲਵਫੁੱਲ ਹੋ ਗਏ ਆ। ਪਹਿਲਾਂ ਟੈਨਸ਼ਨ ਸਟ੍ਰੈਸ ਸੀ, ਇੱਕ ਦੂਜੇ ਨਾਲ ਖਿੱਚਾਤਾ ਨਹੀਂ ਸੀ, ਅਤੇ ਹੁਣ ਜਿਹੜੇ ਰਿਲੇਸ਼ਨ ਹੈ ਉਸ ਤੋਂ ਬਾਅਦ ਆਪਾਂ ਸਿਰਫ ਛੱਡਿਆ ਕੀ ਹੈ, ਆਪਣੀਆਂ ਬੁਰਾਈਆਂ ਨੂੰ, ਆਪਣੇ ਨਜ਼ਰੀਏ ਨੂੰ ਬਦਲਿਆ ਅਤੇ ਉਹਨਾਂ ਨੂੰ ਐਕਸੈਪਟ ਕੀਤਾ ਐਜ਼ ਦੇ ਆਰ, ਅਤੇ ਉਹ ਕਰਨ ਨਾ ਕਰਨ ਦੈਟ ਇਜ਼ ਡਿਫਰੈਂਟ, ਅਸੀਂ ਐਕਸੈਪਟ ਕਰ ਲਿਆ ਕਿ ਇਹ ਜੋ ਮੇਰਾ ਸੰਬੰਧ ਜਿਹੜੇ ਮੇਰੇ ਪਰਿਵਾਰ ਦੇ ਵਿੱਚ ਜਿਸ ਦੇ ਨਾਲ ਹੈ ਉਸ ਨੂੰ ਮੈਂ ਇੱਕ ਬੈਸਟ ਰੋਲ ਮਾਡਲ ਬਣ ਕੇ ਨਿਭਾ ਰਿਹਾ, ਉਹ ਵੀ ਨਿਭਾਉਣਾ, ਲੇਕਿਨ ਉਹਦੇ ਨਾਲ ਫਸਣਾ ਨਹੀਂ ਜੀ ਕਿ ਮੈਂ ਆਪਣੀ ਪਤਨੀ ਬਿਨਾਂ ਰਹਿ ਨਹੀਂ ਸਕਦਾ, ਆਪਣੇ ਬੱਚੇ ਬਿਨਾਂ ਰਹਿ ਨਹੀਂ ਸਕਦਾ ਜੀ, ਉਹਨਾਂ ਦੇ ਨਾਲ ਆਈ ਹੈਵ ਟੂ ਬੀ ਅ ਬੈਸਟ ਫਾਦਰ, ਮਤਲਬ ਮੈਂ ਇੱਕ ਅੱਛਾ ਪਿਤਾ ਬਣਾਂਗਾ, ਇੱਕ ਅੱਛਾ ਪਤੀ, ਇੱਕ ਅੱਛਾ ਭਰਾ, ਤੇ ਹਰ ਸੰਬੰਧ ਨੂੰ ਬੜੇ ਵਧੀਆ ਤਰੀਕੇ ਨਾਲ ਨਿਭਾਉਂਦੇ ਹੋਏ ਅਟੈਚਮੈਂਟ ਨਹੀਂ ਫਸਣਾ ਨਹੀਂ ਉਸ ਸੰਬੰਧ ਦੇ ਵਿੱਚ ਫਸਣਾ ਨਹੀਂ। ਪਰ ਹਰ ਕੋਈ ਤਾਂ ਇਹੋ ਕੋਸ਼ਿਸ਼ ਕਰਦਾ ਕਿ ਮੈਂ ਆਪਣਾ ਬੈਸਟ ਦੇਵਾਂ, ਮੈਂ ਅਗਰ ਡਾਟਰ ਹਾਂ ਬੇਟੀ ਹਾਂ ਤਾਂ ਮੈਂ ਆਪਣੀ ਪੇਰੈਂਟਸ ਦੀ ਹਮੇਸ਼ਾ ਅੱਛਾ ਹੀ ਦੇਖਾਂ ਕਰਾਂ, ਲੇਕਿਨ ਇਹਦੇ ਕਰਕੇ ਜਿਵੇਂ ਆਪਾਂ ਲਾਈਟਨੈਸ ਦੀ ਗੱਲ ਕਰ ਰਹੇ ਹਾਂ ਅਤੇ ਉਹ ਲਾਈਟਨੈਸ ਨਹੀਂ ਆ ਪਾਉਂਦਾ ਹੈ, ਇਹ ਰਿਸ਼ਤੇ ਹੁਣ ਸਾਨੂੰ ਬੋਝ ਲੱਗਣ ਲੱਗ ਪਏ ਹੈ, ਕੰਮ ਮੈਨੂੰ ਬੋਝ ਲੱਗਣ ਲੱਗ ਪਿਆ ਹੈ, ਔਰ ਜੋ ਰਿਸਪੋਂਸੀਬਿਲਿਟੀ ਹੈ ਜ਼ਿੰਮੇਵਾਰੀਆਂ ਜੋ ਨੇ ਉਹ ਵੀ ਮੈਨੂੰ ਬੋਝ ਲੱਗਣ ਲੱਗ ਪਈਆਂ ਨੇ, ਇਸ ਨਾਲੋਂ ਵੱਧ ਕੇ ਵੀ ਕੋਈ ਮੈਨੂੰ ਕੁਛ ਕਹਿ ਵੀ ਦਿੰਦਾ ਹੈ ਤਾਂ ਉਹ ਵੀ ਮੈਨੂੰ ਬੋਝ ਲੱਗਦਾ ਹੈ, ਇੱਕ ਬਰਡਨ ਹੋ ਜਾਂਦਾ ਹੈ ਦਿਮਾਗ 'ਤੇ, ਉਹ ਹੁਣ ਇੱਕਦਮ ਤੁਸੀਂ ਕਹਿਣਾ ਕਿ ਚੇਂਜ ਕਰਨਾ, ਪਰਮਾਤਮਾ ਨੂੰ ਆਪਣੀ ਲਾਈਫ 'ਚ ਉਤਾਰਨਾ, ਇਹਦੀ ਮੈਂ ਸ਼ੁਰੂਆਤ ਕਿੱਥੋਂ ਕਰਾਂ ਹੁਣ? ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਰੋਜ਼ ਦੀ ਟ੍ਰੇਨਿੰਗ ਹੈ, ਇੱਕ ਗੀਤ ਬੜਾ ਸੋਹਣਾ ਹੈ, ਉਹਦੀ ਇੱਕ ਲਾਈਨ ਹੈ ਅਤੇ ਇਹ ਗੀਤ ਆਲਮੋਸਟ ਰੋਜ਼ ਚੱਲਦਾ ਹੈ ਅਤੇ ਆਲਮੋਸਟ ਲੱਖਾਂ ਲੋਕ ਇਸ ਗੀਤ ਨੂੰ ਰੋਜ਼ ਸੁਣਦੇ ਹੈ, ਐਂਡ ਇਹਦੀ ਇੱਕ ਲਾਈਨ ਹੈ ਕਿ ਤੁਮ ਹੋ ਕੌਣ ਕਹਾਂ ਸੇ ਆਏ ਆਪਣੇ ਆਪ ਕੋ ਜਾਣੋ ਜੀ। ਇਸ ਗੀਤ ਨੂੰ ਸੁਣ ਕੇ ਰੋਜ਼ ਜਿਹੜੇ ਲੋਕ ਯੋਗ ਕਰ ਰਹੇ ਰੋਜ਼ ਉਹਨਾਂ 'ਚੋਂ ਨਸ਼ਾ ਚੜ੍ਹਦਾ, ਬਿਕੋਜ਼ ਜਦ ਅਸੀਂ ਆਪਣੇ ਪਰਪਸ ਵੱਲ ਕਲੀਅਰ ਹੁੰਦੇ ਹਾਂ ਕਿ ਸਾਡੇ ਜੀਵਨ ਦਾ ਲਕਸ਼ਯ ਕੀ ਹੈ, ਐਂਡ ਅਸੀਂ ਸਮਝਦੇ ਹਾਂ ਕਿ ਅਸੀਂ ਇੱਥੇ ਟੈਂਪਰੇਰੀ ਹੈਗੇ ਹਾਂ, ਐਂਡ ਅਸੀਂ ਰਿਅਲਾਈਜ਼ ਕਰਦੇ ਹਾਂ ਕਿ ਅਸੀਂ ਕੌਣ ਹਾਂ, ਅਸੀਂ ਇਹ ਫਿਜ਼ੀਕਲ ਬੀਇੰਗਸ ਨਹੀਂ ਹੈਗੇ, ਅਸੀਂ ਇੰਟਰਨਲ ਬੀਇੰਗਸ ਹੈਗੇ ਹਾਂ, ਸੋ ਇੰਟਰਨਲ ਬੀਇੰਗਸ ਇੱਥੇ ਟੈਂਪਰੇਰੀ ਆਏ ਹਾਂ, ਐਂਡ ਕਲੀਅਰਲੀ ਸਾਨੂੰ ਨਜ਼ਰ ਆਉਂਦਾ ਅਸੀਂ ਕਿੱਥੋਂ ਆਏ ਹਾਂ, ਜਦ ਸਾਨੂੰ ਕਲੀਅਰਲੀ ਨਜ਼ਰ ਆਉਂਦਾ ਕਿ ਅਸੀਂ ਵਾਪਸ ਵੀ ਉੱਥੇ ਜਾਣਾ ਹੈ, ਸੋ ਆਟੋਮੈਟਿਕਲੀ ਅਸੀਂ ਇਹ ਮੇਰੇਪਨ ਨੂੰ ਹੌਲੀ ਹੌਲੀ ਛੱਡਦੇ ਹਾਂ, ਬਿਕੋਜ਼ ਸਾਰੇ ਆਪਣੀ ਆਪਣੀ ਜਰਨੀ ਕੰਪਲੀਟ ਕਰਨ ਵਾਸਤੇ ਆਏ ਹੈ। ਪਰ ਇਹ ਹਰ ਕੋਈ ਫੀਲ ਨਹੀਂ ਕਰ ਪਾਉਂਦਾ ਹੈ,
ਇਹ ਤੁਸੀਂ ਪ੍ਰੈਕਟਿਸ 'ਚ ਲੈ ਕੇ ਆਇਓ ਬਿਕੋਜ਼ ਤੁਹਾਡੇ ਅੰਦਰ ਉਹ ਐਕਸੈਪਟੈਂਸ ਆ ਗਿਆ ਹੈ, ਤੁਸੀਂ ਇਹਨੂੰ ਐਕਸੈਪਟ ਕਰ ਲਿਆ। ਹੁਣ ਜੋ ਇਨਸਾਨ ਉਸ ਚੀਜ਼ ਨੂੰ ਐਕਸੈਪਟ ਨਹੀਂ ਕਰ ਪਾ ਰਿਹਾ, ਉਹ ਆਪਣੀ ਪ੍ਰੈਕਟੀਕਲ ਲਾਈਫ 'ਚ ਕਿਵੇਂ ਆਪਣੇ ਸਾਰੇ ਕੰਮ ਐਵੇਂ ਸਰੈਂਡਰ ਕਰ ਦੇਵੇ, ਆਪਣੇ ਬਰਡਨਸ ਨੂੰ ਸਰੈਂਡਰ ਕਰ ਦੇਵੇ ਔਰ ਇੱਕਦਮ ਸਟੇਬਲ ਮਾਇੰਡ ਔਰ ਲਾਈਟ ਮਾਇੰਡ ਹੋ ਜਾਵੇ। ਸੋ ਬਿਲਕੁਲ ਇਹ ਆਪਣੇ ਕੰਮ ਅਸੀਂ ਸਰੈਂਡਰ ਨਹੀਂ ਕਰਨੇ, ਸਗੋਂ ਜੇ ਅਸੀਂ ਜੋ ਕੰਮ ਸਾਨੂੰ ਮਿਲਿਆ ਭਾਵੇਂ ਬਿਜ਼ਨਸ ਦਾ ਜੋ ਵੀ, ਜੇ ਅਸੀਂ ਉਹਨੂੰ ਪੂਰਾ ਨਹੀਂ ਕਰਦੇ ਚੰਗੀ ਤਰ੍ਹਾਂ ਨਹੀਂ ਕਰਦੇ, ਉਹ ਵੀ ਇੱਕ ਸੋਚੋ ਕਿ ਇੱਕ ਵਿਕਰਮ ਹੈ। ਮਤਲਬ ਆਪਣੀ ਰਿਸਪੋਂਸਿਬਿਲਿਟੀ ਨੂੰ ਛੱਡਣਾ ਉਹ ਵੀ ਸਹੀ ਨਹੀਂ। ਅਸੀਂ ਸੰਸਕਾਰ ਪਰਿਵਰਤਨ ਦੀ ਗੱਲ ਕਰ ਰਹੇ ਹਾਂ, ਸੋ ਰਿਸਪੋਂਸਿਬਿਲਿਟੀ ਨੂੰ ਪੂਰੀ ਕਰਨਾ ਇਹ ਵੀ ਇੱਕ ਇੰਪੋਰਟੈਂਟ ਸੰਸਕਾਰ ਹੋਣਾ। ਸੋ ਬਿਜ਼ਨਸ, ਫੈਮਿਲੀ, ਹੈਲਥ, ਹਰ ਚੀਜ਼ ਦਾ ਧਿਆਨ ਰੱਖਣਾ, ਰਿਸਪੋਂਸਿਬਲੀ ਕਰਨਾ, ਉਹ ਕਰਨਾ ਹੈ। ਸਿਰਫ ਗੱਲ ਇਹ ਹੋ ਰਹੀ ਹੈ ਕਿ ਹਲਕੇ ਹੋ ਕੇ ਕਰਨਾ, ਹਲਕੇ ਹੋਣ ਦਾ ਤਰੀਕਾ ਹੈਗਾ ਕਿ ਇਹ ਕੁਛ ਚੀਜ਼ਾਂ ਆਪਣੇ ਮਾਇੰਡ ਵਿੱਚ ਧਾਰਨ ਕਰਨਾ। ਸੋ ਸਿਰਫ ਇੱਕ ਚੀਜ਼ ਧਾਰਨ ਜੇ ਅਸੀਂ ਕਰ ਲਈਏ ਕਿ ਜੋ ਅਸੀਂ ਇਹ ਕਰ ਰਹੇ ਹਾਂ ਦੇਖ ਰਹੇ ਹਾਂ ਟੈਂਪਰਰੀ ਹੈ, ਸਿਰਫ ਇੰਨੀ ਇੱਕ ਚੀਜ਼, ਇੱਕ ਹੀ ਕਰਕੇ ਗੱਲ ਅੱਗੇ ਲੰਘੇਗੀ ਨਾ, ਇੱਕੋ ਟਾਈਮ ਤੇ ਬਹੁਤ ਕੁਛ ਕਰਾਂਗੇ ਨਹੀਂ ਹੋ ਪਾਏਗਾ। ਐਂਡ ਤੁਸੀਂ ਬੜੀ ਵਾਰ ਪੁੱਛਿਆ ਕਿ ਕਿੰਝ ਕਰੀਏ, ਐਨਰਜੀ ਕਿੰਝ ਆਏ, ਮੋਟੀਵੇਸ਼ਨ ਕਿੰਝ ਆਏ। ਸੋ ਪੂਰਾ ਦਿਨ ਸਾਡੀ ਐਨਰਜੀ ਸੇਮ ਨਹੀਂ ਹੁੰਦੀ ਜੀ, ਮਾਰਨਿੰਗ ਵਿੱਚ ਥੋੜੀ ਸਟਰੋਂਗ ਹੁੰਦੀ ਹੈ ਫਿਰ ਘਟਦੀ ਹੈ, ਸੋ ਸ਼ਾਮ ਤੱਕ ਪੂਰੀ ਖਤਮ ਹੋ ਜਾਂਦੀ ਹੈ। ਬਿਲਕੁਲ। ਸੋ ਜੋ ਨਵੀਂ ਚੀਜ਼ ਅਸੀਂ ਧਾਰਨ ਕਰਨੀ ਹੈ ਉਹਨੂੰ ਅਸੀਂ ਮਾਰਨਿੰਗ ਵਿੱਚ ਪਹਿਲੇ ਕਰ ਲਈਏ ਜੀ, ਰੋਜ਼ ਕਰ ਲਈਏ, ਆਟੋਮੈਟਿਕਲੀ ਉਹ ਨੈਚੁਰਲ ਹੋ ਜਾਏਗਾ। ਮਤਲਬ ਇਹਦੀ ਸ਼ੁਰੂਆਤ ਮਾਰਨਿੰਗ ਤੋਂ ਕਰੀਏ, ਜੋ ਵੀ ਚੀਜ਼ ਚੇਂਜ ਕਰਨੀ ਹੈ ਪਹਿਲਾਂ ਮਾਰਨਿੰਗ 'ਚ ਆਪਣੇ ਆਪ ਨੂੰ ਪੋਜ਼ਿਟਿਵ ਵਾਈਬ੍ਰੇਸ਼ਨਸ ਦੇਈਏ, ਔਰ ਪਰ ਸ਼ਾਮ ਹੁੰਦੇ ਹੁੰਦੇ ਉਹ ਚੀਜ਼ ਵਾਪਸ ਬੈਕ ਟੂ ਨੋਰਮਲ ਹੋ ਜਾਂਦੀ ਹੈ। ਰੀਅਲਾਈਜ਼ਿੰਗ ਕਰੋ ਨਾ ਆਪਣੇ ਆਪ ਨੂੰ, ਆਪਣੇ ਆਪ ਨੂੰ ਰੀਅਲਾਈਜ਼ਿੰਗ ਕਰੋ ਕਿ ਮੈਂ ਇੱਕ ਅਵਿਨਾਸ਼ੀ ਆਤਮਾ, ਤੇ ਤੁਸੀਂ ਆਪਣਾ ਫਿਲਮੀ ਗਾਣਾ ਵੀ ਸੁਣਿਆ ਹੋਏਗਾ, ਦਿਲ ਸੱਚਾ ਚਿਹਰਾ ਝੂਠਾ, ਹਾਂਜੀ ਦਿਲ ਕੀ ਸੁਣੋ, ਹਾਂਜੀ ਚਿਹਰਾ ਦੇਖੋ, ਚਿਹਰਾ ਉਹਨੇ ਲੱਖਾਂ ਕੋ ਲੁਟਾ, ਹਾਂਜੀ। ਤੋ ਮਤਲਬ ਜੇ ਆਪਾਂ ਉਸ ਚੀਜ਼ ਤੇ ਜਾਂਦੇ ਹਾਂ ਤੇ ਅਸੀਂ ਤੁਥ ਤੇ ਜਾਈਏ, ਸੱਚਾਈ ਕੀ ਹੈ, ਇਹ ਸਰੀਰ ਤੇ ਖਤਮ ਹੋਣਾ, ਆਤਮਾ ਕਦੇ ਖਤਮ ਨਹੀਂ ਹੋਏਗੀ, ਅਸੀਂ ਲਾਈਟ ਰਹੀਏ, ਇਸ ਕਰਕੇ ਬਹੁਤ ਲਾਈਟ ਰਹਿ ਸਕਦੇ ਹਾਂ ਕਿ ਅਸੀਂ ਸੱਚਾਈ ਵੱਲ ਨੂੰ ਜਾਈਏ, ਉਸ ਸੱਚਾਈ ਨੂੰ ਰਿਅਲਾਈਜ਼ ਕਰੀਏ, ਉਸ ਨੂੰ ਜੀਵਨ ਚ ਅਪਣਾਈਏ, ਤੇ ਉਹਦੇ ਨਾਲ ਅਸੀਂ ਬਹੁਤ ਹਲਕੇ, ਅਸੀਂ ਪਰਸਨਲੀ ਤੇ ਬਹੁਤ ਫੀਲ ਕਰਦੇ ਹਾਂ, ਜਿਨ੍ਹਾਂ ਨੂੰ ਵੀ ਐਡਵਾਈਸ ਕੀਤਾ, ਗਾਈਡ ਕੀਤਾ, ਉਹ ਵੀ ਬਹੁਤ ਹਲਕੇ ਤੇ ਲਾਈਟ ਫੀਲ ਕਰਦੇ ਹਨ। ਕੋਈ ਇਹੋ ਜੀ ਪ੍ਰੈਕਟਿਸ ਹੈ ਜੋ ਅਸੀਂ ਕਰ ਸਕਦੇ ਹਾਂ ਡੇਲੀ, ਜੋ ਮੈਨੂੰ ਹੈਲਪ ਕਰੇ ਆਪਣੇ ਸੰਸਕਾਰਾਂ ਨੂੰ ਹੋਰ ਬੈਟਰ ਕਰਨ ਚ? ਐਕਚੁਅਲੀ ਭਾਈ ਸਾਹਿਬ ਨੇ ਇੱਕ ਹੋਰ ਬੜੀ ਸੋਹਣੀ ਗੱਲ ਕਹੀ ਕਿ ਚਿਹਰੇ ਨੇ ਲੂਟਾ, ਵਿਚ ਮੀਨਸ ਕਿ ਇਨ ਰਿਐਲਿਟੀ ਅਸੀਂ ਆਕਰਸ਼ਣ ਕਰਕੇ ਫਸੇ ਹੋਏ ਹਾਂ, ਬਹੁਤ ਜਲਦੀ ਕਿਸੇ ਨਾ ਕਿਸੇ ਚੀਜ਼ 'ਚ ਅਸੀਂ ਆਕਰਸ਼ਿਤ ਹੋ ਜਾਂਦੇ ਹਾਂ, ਅਤੇ ਜਿੰਨਾ ਅਸੀਂ ਅਟਰੈਕਟ ਹੋ ਜਾਂਦੇ ਹਾਂ ਓਨੀ ਸਾਡੀ ਡਿਜ਼ਾਇਰ ਵੱਧ ਜਾਂਦੀ ਹੈ, ਜਿੰਨਾ ਸਾਡੀ ਡਿਜ਼ਾਇਰ ਵੱਧ ਜਾਂਦੀ ਹੈ ਉਹ ਡਿਜ਼ਾਇਰ ਜਦ ਫੁਲਫਿਲ ਨਹੀਂ ਹੁੰਦੀ ਤਾਂ ਸਾਨੂੰ ਗੁੱਸਾ ਆ ਜਾਂਦਾ ਹੈ, ਜਾਂ ਜੇ ਡਿਜ਼ਾਇਰ ਫੁਲਫਿਲ ਹੋ ਜਾਂਦੀ ਹੈ ਤਾਂ ਨਵੀਂ ਡਿਜ਼ਾਇਰ ਖੜੀ ਹੋ ਜਾਂਦੀ ਹੈ। ਸੋ ਜੋ ਤੁਸੀਂ ਪੁੱਛਿਆ ਕਿ ਹੋਰ ਕੀ ਤਰੀਕਾ ਹੈ, ਉਹ ਤਰੀਕਾ ਆਪਣੀ ਚੈੱਕ ਕਰਨਾ ਕਿ ਮੇਰਾ ਮਾਇੰਡ ਕਿੱਥੇ ਕਿੱਥੇ ਫਸਿਆ ਹੈ, ਕਿੱਥੇ ਕਿੱਥੇ ਅਟਰੈਕਟ ਹੋ ਜਾਂਦਾ ਹੈ, ਕਿਸੇ ਵਿਅਕਤੀ ਵਿੱਚ, ਕਿਸੇ ਚੀਜ਼ ਵਿੱਚ ਬਹੁਤ ਮੇਰੀ ਨਜ਼ਰ ਕਿੰਝ ਜਾਂਦੀ ਹੈ। ਜਿਸ ਤਰ੍ਹਾਂ ਤੁਸੀਂ ਦੇਖਿਆ ਹੋਏਗਾ ਕਿ ਮੰਨਿਆ ਜਾਂਦਾ ਕਿ ਜਿਹੜੇ ਹਿੰਦੂਜ਼ ਹੈ ਇੱਕ ਆਦਿ ਸਨਾਤਨ ਦੇਵੀ ਦੇਵਤਾ ਧਰਮ ਤੋਂ ਹੈਗੇ, ਹਾਂਜੀ, ਜੇ ਮੰਦਿਰ ਵਿੱਚ ਜਾਓ ਹਾਲੇ ਵੀ ਕਿਸੇ ਮੂਰਤੀ 'ਚ ਦੇਖੋ ਤਾਂ ਇੱਕ ਸ਼ਾਂਤੀ ਦਾ ਅਨੁਭਵ ਹੁੰਦਾ, ਮਗਰ ਕਿਸੇ ਮੂਰਤੀ ਨੂੰ ਦੇਖਿਆ ਕਿ ਜਿੰਝ ਉਹਦੀ ਅੱਖਾਂ ਵਿੱਚ ਲਾਲਚ ਆ ਰਿਹਾ ਹੋਏ, ਅਟਰੈਕਸ਼ਨ ਹੋ ਰਹੀ ਹੋਏ, ਨਹੀਂ, ਬਿਲਕੁਲ ਸ਼ੁੱਧ, ਸ਼ਾਂਤ, ਪਿਓਰ। ਇਸੇ ਤਰ੍ਹਾਂ ਕੁਛ ਸੰਸਕਾਰਾਂ ਦੇ ਬਾਰੇ ਸਾਨੂੰ ਪਤਾ ਹੀ ਨਹੀਂ ਹੈ ਕਿ ਇਹ ਗਲਤ ਹੈਗੇ ਹੈ, ਉਹਨਾਂ ਵਿੱਚੋਂ ਇੱਕ ਇੰਪੋਰਟੈਂਟ ਸੰਸਕਾਰ ਹੈਗਾ ਹੈ ਆਕਰਸ਼ਿਤ ਹੋ ਜਾਣ ਦਾ, ਮਾੜਾ ਸੰਸਕਾਰ ਅਟਰੈਕਟ ਹੋ ਜਾਣਾ। ਬਿਲਕੁਲ, ਅਸੀਂ ਸਿਰਫ ਆਪਣੇ ਸੈਲਫ ਇਮੇਜ ਦੇ ਵਿੱਚ, ਸੈਲਫ ਦੇ ਵਿੱਚ ਰਹਿਣਾ, ਅਪਰੀਸ਼ੀਏਟ ਕਰਨਾ, ਮਗਰ ਜਿਹਨੂੰ ਪੰਜਾਬੀ ਚ ਕਹਿੰਦੇ ਲੱਟੂ ਨਹੀਂ ਹੋ ਜਾਣਾ। ਨਹੀਂ, ਮੈਂ ਅਸਲੀ ਜਿਹੜਾ ਪੁਆਇੰਟ ਕਲੈਰੀਫਾਈ ਕਰਨਾ ਚਾਹੁੰਦਾ ਸੀ ਉਹ ਹੈ ਕਿ ਦਿਲ ਕੋ ਦੇਖੋ ਚਿਹਰਾ ਨਹੀਂ ਦੇਖੋ, ਮਤਲਬ ਦਿਲ ਜੋ ਹੈ ਵੋ ਯੇ ਵਾਲਾ ਦਿਲ ਨਹੀਂ ਜਿਸ ਮੇ ਖੂਨ ਭਰਾ ਹੁਆ ਹੈ, ਵੋ ਦਿਲ ਕੌਨ ਸਾ ਹੈ, ਮਨ, ਵੋ ਦਿਲ ਹੈ ਆਪਕਾ ਮਨ, ਆਪਕੀ ਰੂਹ, ਉਸਕੋ ਦੇਖਣਾ ਹੈ ਜੋ ਅਭਿਨਾਸ਼ੀ ਹੈ, ਪਰ ਉਹ ਦੇਖਦੀ ਨਹੀਂ ਨਾ ਭਾਈ ਸਾਹਿਬ, ਵੋ ਇਹਨਾਂ ਕੋ, ਔਰ ਅੱਜ ਕੱਲ ਲੋਕ ਕਨਫਿਊਜ਼ ਹੋ ਜਾਂਦੇ ਕਿ ਕਹਿੰਦੇ ਵੀ ਜੋ ਮਿੱਠਾ ਬੋਲਦਾ ਉਹਦੇ ਤੋਂ ਤਾਂ ਦੂਰ ਹੀ ਰਹੋ, ਪਤਾ ਨਹੀਂ ਉਹਨੇ ਕੀ ਕੰਮ ਕਰਵਾਉਣਾ, ਕੀ ਲੁੱਟ ਕੇ ਲੈ ਜਾਣਾ। ਇਹ ਜਿਹੜੇ ਲੋਕਾਂ ਨੇ ਟੋਟਕੇ ਬਣਾਏ ਹੋਏ ਨਾ ਜੀ, ਇਹੀ ਲੋਕਾਂ ਨੂੰ ਅੱਜ ਬਹੁਤ ਖਰਾਬ ਕਰ ਰਹੇ ਆ ਜੀ, ਸਿਰਫ ਅਸੀਂ ਸੱਚਾਈ ਦੇ ਉੱਤੇ ਜਾਈਏ, ਅਸੀਂ ਟੋਟਕਿਆਂ ਤੇ ਨਾ ਜਾਈਏ, ਤੇ ਉਹ ਅਸਲੀ ਸੱਚਾਈ ਤੇ ਜਾਵਾਂਗੇ ਤੇ ਅਸੀਂ ਆਪਣੇ ਉਸ ਨੂੰ ਰਿਅਲਾਈਜ਼ ਕਰਾਂਗੇ ਜਿਹੜਾ ਦਿਲ ਹੈ, ਉਹ ਦਿਲ ਦੀ ਜੋ ਪਰਖਣ ਦੀ ਸ਼ਕਤੀ ਹੈ ਉਹ ਵੀ ਤਾਂ ਕਿਤੇ ਨਾ ਕਿਤੇ ਸਹੀ ਹੋਣੀ ਚਾਹੀਦੀ ਹੈ। ਬਿਲਕੁਲ, ਉਹੀ ਸਾਨੂੰ ਦੇਖ ਕੇ ਸਮਝ ਆ ਜਾਏ ਕਿ ਇਹ ਬੰਦਾ ਕੋਈ ਸਵਾਰਥ ਲਈ ਸਾਡੇ ਕੋਲ ਆਇਆ ਹੈ ਜਾਂ ਇਹਦਾ ਚਿਹਰਾ
ਕੁਛ ਹੋਰ ਹੈ। ਹਾਂ ਬਿਲਕੁਲ ਉਹੀ ਤੇ ਹੈ, ਅੱਜ ਕੱਲ ਚਿਹਰੇ ਕੁਛ ਹੋਰ ਨੇ, ਅੰਦਰ ਕੁਛ ਹੋਰ ਹੈ, ਉਹੀ ਤੇ ਕਹਿ ਰਿਹਾ। ਉਸ ਚੀਜ਼ ਨੂੰ ਅਸੀਂ ਰਿਅਲਾਈਜ਼ ਕਰਨਾ, ਜਿਹੜਾ ਇਨਸਾਨ ਸਾਡੇ ਕੋਲ ਆ ਰਿਹਾ, ਜਿਸ ਤੋਂ ਸਾਨੂੰ ਕੋਈ ਸਮੱਸਿਆ ਆ ਰਹੀ ਹੈ, ਉਸ ਨੂੰ ਪਰਖਣਾ ਵੀ ਤਾਂ ਬਹੁਤ ਜ਼ਰੂਰੀ ਹੈ। ਉਸ ਨੂੰ ਪਰਖ ਕੇ ਤੇ ਫਿਰ ਅਸੀਂ ਉਸ ਦੇ ਰੋਲ ਨੂੰ ਦੇਖ ਕੇ ਮਸਤ ਹੋ ਜਾਣਾ, ਠੀਕ ਹੈ ਇਸ ਦਾ ਰੋਲ ਹੈ ਤੇ ਇਹ ਆਪਾਂ ਲਾਈਟ ਰਹਿਣਾ, ਤਾਂ ਕਿ ਆਪਾਂ ਉਸ ਤੇ ਉਸ ਚੀਜ਼ ਦਾ ਬੋਝ ਨਹੀਂ ਲੈਣਾ। ਤੁਹਾਨੂੰ ਇਸ 'ਤੇ ਛੋਟੀ ਜਿਹੀ ਗੱਲ ਦੱਸਦਾ ਕਿ ਜਿਵੇਂ ਇੱਕ ਗੁਰੂ ਨੇ ਆਪਣੇ ਚੇਲੇ ਨੂੰ ਕਿਹਾ ਵੀ ਤੇਰਾ ਹੁਣ ਕੋਰਸ ਪੂਰਾ ਹੋ ਗਿਆ, ਮੈਂ ਤੈਨੂੰ ਇੱਕ ਗਿਫਟ ਦੇਣਾ ਚਾਹੁੰਦਾ। ਅੱਛਾ। ਉਹਨੇ ਉਹਨੂੰ ਕਿਹਾ ਵੀ ਇਹ ਤੈਨੂੰ ਮੈਂ ਇੱਕ ਲੁਕਿੰਗ ਗਲਾਸ ਦੇ ਰਿਹਾ, ਲੈ ਜਾ। ਉਹਨੇ ਕਿਹਾ ਚਲੋ ਨੋਰਮਲ। ਕਹਿੰਦਾ ਇਹ ਨੋਰਮਲ ਲੁਕਿੰਗ ਗਲਾਸ ਨਹੀਂ ਹੈ, ਇਹ ਦਰਪਣ ਹੈ, ਇਹਦੇ ਵਿੱਚ ਤੂੰ ਆਪਣੇ ਅੰਦਰ ਦੇਖ ਸਕਦਾ ਵੀ ਤੇਰੇ ਅੰਦਰ ਕੀ ਹੈ। ਅੱਛਾ। ਤੈਨੂੰ ਹਰ ਚੀਜ਼ ਨਜ਼ਰ ਆ ਜਾਏਗੀ ਆਪਣੇ ਅੰਦਰ ਦੀ। ਉਹ ਬੜੀ ਖੁਸ਼ੀ ਨਾਲ ਲੈ ਕੇ ਚੱਲ ਪਿਆ। ਉਹਨੇ ਕਿਹਾ ਗੁਰੂ ਨੇ ਦਿੱਤਾ ਤੇ ਮੈਂ ਪਹਿਲਾਂ ਗੁਰੂ 'ਤੇ ਟੈਸਟ ਕਰਾਂ ਇਹ ਦੇਖੀ। ਉਹਨੇ ਗੁਰੂ 'ਤੇ ਫਿੱਟ ਕੀਤਾ, ਉਹਦੇ ਵੱਲ ਨੂੰ ਕੀਤਾ ਤੇ ਗੁਰੂ ਦੇ ਅੰਦਰ ਦੇਖਿਆ ਬਹੁਤ ਕਮੀਆਂ ਨੇ। ਉਹ ਹੈਰਾਨ ਹੋ ਗਿਆ ਵੀ ਗੁਰੂ ਦੇ ਅੰਦਰ ਵੀ ਕਮੀਆਂ ਨੇ। ਅੱਛਾ। ਤੇ ਫਿਰ ਉਹ ਥੋੜ੍ਹਾ ਜਿਹਾ ਨਿਰਾਸ਼ ਹੋ ਗਿਆ ਵੀ ਮੈਂ ਤਾਂ ਇਹਨੂੰ ਇੱਕ ਬੜਾ ਆਈਡਲ ਦੇਵਤਾ ਆਪਣਾ ਮੰਨਿਆ ਹੋਇਆ ਸੀ, ਪੂਜਿਆ ਮੰਨਿਆ ਹੋਇਆ ਸੀ, ਇਹਦੇ 'ਚ ਵੀ ਬਹੁਤ ਕਮੀਆਂ ਨੇ। ਫਿਰ ਉਹਨੇ ਅੱਗੋਂ ਗਿਆ, ਜਿਹੜੇ ਰਸਤੇ ਜੋ ਵੀ ਆਇਆ ਉਹਦੇ ਦੇਖਿਆ ਬਹੁਤ ਸਾਰੀਆਂ ਕਮੀਆਂ। ਫਿਰ ਉਹਨੇ ਆਪਣੇ ਮੰਮੀ ਪਾਪਾ 'ਤੇ ਅਪਲਾਈ ਕੀਤਾ, ਇਹਨਾਂ 'ਤੇ ਦੇਖਾਂ, ਉਹ ਦੇਖਿਆ ਉਹਨਾਂ ਦੇ ਅੰਦਰ ਵੀ ਬਹੁਤ ਕਮੀਆਂ, ਬਹੁਤ ਸਾਰੇ ਦੋਸਤਾਂ 'ਤੇ। ਅਤੇ ਉਹਨਾਂ ਨੇ ਕਿਹਾ ਸੀ ਵੀ ਇੱਕ ਮਹੀਨੇ ਬਾਅਦ ਮੈਨੂੰ ਫਿਰ ਆ ਕੇ ਮਿਲਣਾ। ਉਹ ਇੱਕ ਮਹੀਨਾ ਹੋ ਗਿਆ, ਬੜਾ ਨਿਰਾਸ਼ ਉਦਾਸ ਹੋ ਕੇ ਗੁਰੂ ਜੀ ਕੋਲ ਚਲਾ ਗਿਆ। ਗੁਰੂ ਜੀ ਕਹਿੰਦੇ ਹਾਂ ਕੀ ਰਿਜ਼ਲਟ ਹੈ? ਕਹਿੰਦਾ ਗੁਰੂ ਜੀ ਮੈਂ ਤਾਂ ਬਹੁਤ ਪਰੇਸ਼ਾਨ ਦੁਖੀ ਹੋ ਗਿਆ, ਇਸ ਗਲਾਸ ਤੁਸੀਂ ਮੈਨੂੰ ਕਾਹਦਾ ਦਿੱਤਾ, ਤੇ ਮੈਂ ਤੇ ਕੋਈ ਇਨਸਾਨ ਮਿਲਿਆ ਹੀ ਨਹੀਂ ਕਮੀਆਂ ਦੇਖਣ ਵਾਲਾ। ਉਹ ਕਹਿੰਦੇ ਮੈਂ ਤੈਨੂੰ ਕੀ ਕਿਹਾ ਸੀ ਵੀ ਆਪਣੇ ਉੱਪਰ ਦੇਖਣਾ ਹੈ ਤੂੰ, ਸਿਰਫ ਆਪਣੇ ਆਪ ਨੂੰ ਦੇਖਣਾ, ਆਪਣੀਆਂ ਕਮੀਆਂ ਦੇਖਣੀਆਂ ਔਰ ਉਹ ਦੂਰ ਕਰਨੀਆਂ ਜੀ, ਆਪਣੇ ਆਪ ਨੂੰ ਲਾਈਟ ਰੱਖਣਾ ਤੇ ਹਲਕਾ ਰੱਖਣਾ ਜੀ। ਤੇ ਤੂੰ ਲੋਕਾਂ ਦੇ ਦੇਖਣ ਚ ਲੱਗ ਗਿਆ ਤੇ ਦੁਖੀ ਹੋ ਗਿਆ, ਜੇ ਤੂੰ ਸੁਖੀ ਰਹਿਣਾ ਹਲਕਾ ਰਹਿਣਾ ਤੇ ਸਿਰਫ ਆਪਣੀਆਂ ਹੀ ਕਮੀਆਂ ਨੂੰ ਦੇਖ ਕੇ ਰਿਮੂਵ ਕਰਦੇ ਜਾਣਾ, ਤੁਸੀਂ ਹਲਕੇ ਰਹੋਗੇ, ਸੌਖੇ ਰਹੋਗੇ, ਸੁਖੀ ਰਹੋਗੇ, ਖੁਸ਼ ਰਹੋਗੇ ਜੀ। ਇਹ ਗੱਲ ਤੁਸੀਂ ਬਹੁਤ ਅੱਛੀ ਕਹੀ ਕਿ ਬਿਲਕੁਲ ਲਾਈਟ ਰਹਿਣਾ ਹੈ, ਔਰ ਜਦੋਂ ਅਸੀਂ ਆਪਣੇ ਆਪ ਨੂੰ ਦੇਖਾਂਗੇ ਉਹ ਤਾਂ ਅਸੀਂ ਭੁੱਲ ਹੀ ਜਾਂਦੇ ਹਾਂ, ਅਸੀਂ ਦੂਸਰਿਆਂ ਨੂੰ ਦੇਖਣ 'ਚ ਲੱਗ ਜਾਂਦੇ ਹਾਂ ਵੀ ਇਹਦੇ 'ਚ ਇਹ ਕਮੀ, ਇਹ ਕਮੀ, ਇਹ ਕਮੀ, ਇਹ ਕਮੀ, ਔਰ ਆਪਣੀ ਕਮੀ ਦੀ ਲਿਸਟ ਜੋ ਹੈ ਉਹ ਕੱਢਣਾ ਭੁੱਲ ਜਾਂਦੇ ਹਾਂ। ਅੱਜ ਦੀ ਜਿੰਨੀ ਵੀ ਚਰਚਾ ਰਹੀ ਉਹ ਬਹੁਤ ਸੋਹਣੀ ਰਹੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਓਮ ਸ਼ਾਂਤੀ। ਓਮ ਸ਼ਾਂਤੀ। ਇੰਨੀ ਸੋਹਣੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਬਹੁਤ ਵਾਰ ਅਸੀਂ ਦੂਸਰਿਆਂ ਦੀ ਕਮੀਆਂ ਢੂੰਡਣ 'ਚ ਹਮੇਸ਼ਾ ਲੱਗੇ ਹੋਏ ਹਾਂ, ਲੇਕਿਨ ਆਪਣੀ ਕਮੀ ਢੂੰਡਣਾ ਕਿਤੇ ਨਾ ਕਿਤੇ ਭੁੱਲ ਜਾਂਦੇ ਹਾਂ। ਹੁਣ ਸ਼ੁਰੂਆਤ ਕਰਨੇ ਹਾਂ ਆਪਣੇ ਆਪ ਤੋਂ, ਲਿਸਟ ਬਣਾਈਏ ਆਪਣੇ ਅੰਦਰ, ਇੱਕ ਵਾਰ ਝਾਤੀ ਮਾਰੀਏ ਔਰ ਦੇਖੀਏ ਕਿ ਕਿਹੜੀਆਂ ਕਮੀਆਂ ਨੇ, ਕਿਹੜੇ ਉਹ ਸੰਸਕਾਰ ਨੇ ਜੋ ਮੈਨੂੰ ਚੇਂਜ ਕਰਨੇ ਨੇ। ਔਰ ਜਿਵੇਂ ਕਿ ਭਾਈ ਸਾਹਿਬ ਨੇ ਕਿਹਾ ਕਿ ਮੇਰਾਪਨ ਜੋ ਹੈ ਉਹਦੇ ਤੋਂ ਸਭ ਤੋਂ ਪਹਿਲਾਂ ਨਿਕਲਣਾ ਪਏਗਾ, ਉਹਦੇ ਜੋ ਅਟਰੈਕਸ਼ਨ 'ਚ ਮੈਂ ਫਸਿਆ ਹੋਇਆ ਉਹਦੇ ਤੋਂ ਸਭ ਤੋਂ ਪਹਿਲਾਂ ਬਾਹਰ ਆਉਣਾ ਪਏਗਾ। ਜਦੋਂ ਉਸ ਤੋਂ ਬਾਹਰ ਆਵਾਂਗੇ ਤਾਂ ਇੱਕ ਲਾਈਟਨੈਸ ਜੋ ਸਾਡੇ ਦਿਮਾਗ 'ਚ, ਸਾਡੇ ਮਨ 'ਚ ਜੋ ਬਣੇਗਾ ਲਾਈਟਨੈਸ, ਉਹ ਹਮੇਸ਼ਾ ਸਾਨੂੰ ਸ਼ਾਂਤ ਰੱਖੇਗਾ ਔਰ ਇੱਕ ਅੱਛੇ ਡਿਸੀਜਨ 'ਚ ਸਾਨੂੰ ਹੈਲਪ ਕਰੇਗਾ। ਫਿਰ ਮਿਲਾਂਗੇ ਅਗਲੀ ਕੜੀ 'ਚ। ਓਮ ਸ਼ਾਂਤੀ। ਆਪਣੇ ਸੁਝਾਅ ਦੇਣ 'ਤੇ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਗੋਲਡੀਵੁੱਡ ਸਟੂਡੀਓ, ਸ਼ਾਂਤੀਵਨ, ਮੋਬਾਈਲ ਨੰਬਰ 80994394487, ਈਮੇਲ punjabi.gws@gmail.com।